ਸ਼੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਕੀਰਤਨ ਦੇ ਟੀਵੀ ਚੈਨਲਾਂ ਦੇ ਟੈਲੀਕਾਸਟ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਮੁੱਦਾ ਉਠਾਇਆ ਗਿਆ ਸੀ। ਉਹਨਾਂ ਇਹ ਆਖਿਆ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਇੱਕ ਚੈਨਲ ਨੂੰ ਹੀ ਕਿਉਂ ਨੇ, ਜਦਕਿ ਗੁਰਬਾਣੀ ਸਭ ਦੀ ਸਾਂਝੀ ਹੈ ਤੇ ਇਸ ਦੇ ਪ੍ਰਸਾਰਣ ਦੇ ਅਧਿਕਾਰ ਵੀ ਸਾਰੇ ਟੀਵੀ ਚੈਨਲਾਂ ਨੂੰ ਹੋਣੇ ਚਾਹੀਦੇ ਨੇ, ਤਾਂ ਕਿ ਦੁਨੀਆਂ ਦੇ ਵਿੱਚ ਵਸਦੇ ਸਿੱਖਾਂ ਨੂੰ ਇਸ ਦੇ ਲਈ ਜ਼ਿਆਦਾ ਪੈਸੇ ਨਾ ਖਰਚਣੇ ਪੈਣ। ਇਸ ਤੋਂ ਬਾਅਦ ਹੁਣ ਇੱਕ ਪੰਜਾਬੀ ਟੀਵੀ ਚੈਨਲ ਦੇ ਪ੍ਰਬੰਧਕ ਜੇ ਕੇ ਜੈਨ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਖਿਆ ਹੈ ਕਿ ਜੇ ਗੁਰਬਾਣੀ ਦੇ ਪ੍ਰਸਾਰਣ ਦਾ ਪ੍ਰਬੰਧ ਸ੍ਰੀ ਹਰਿਮੰਦਰ ਸਾਹਿਬ ਤੋਂ SGPC ਖੁਦ ਹੀ ਕਰੇ ਤਾਂ ਹੀ ਇਸ ਬਾਰੇ ਪੈਦਾ ਹੋਏ ਵਿਵਾਦ ਦਾ ਹੱਲ ਹੋ ਸਕਦਾ ਹੈ। ਤੇ ਉਹਨਾਂ ਇਹ ਵੀ ਆਖਿਆ ਹੈ ਕਿ ਜੇ SGPC ਉਹਨਾਂ ਨੂੰ ਆਗਿਆ ਦੇਵੇ ਤਾਂ ਉਹ ਖੁਦ ਵੀ ਆਪਣੇ ਖਰਚ ਉੱਤੇ ਗੁਰਬਾਣੀ ਦਾ ਪ੍ਰਸਾਰਣ ਕਰ ਸਕਦੇ ਨੇ। ਉਹਨਾਂ ਆਖਿਆ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਬਾਰੇ ਟੈਂਡਰ ਕੱਢਣ ਨਾਲ ਵੀ ਮਸਲੇ ਦਾ ਹੱਲ ਨਹੀਂ ਹੋਣਾ। ਇਹ ਬੜਾ ਚੀਫ ਮਿਨਿਸਟਰ ਹੋਣ ਵਾਲੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਹ ਇੱਦਾਂ ਦਾ ਕਰ ਦਿੰਦੇ ਹਾਂ, ਨਾਲ ਹੀ SGPC ਦੇ ਪ੍ਰਧਾਨ ਧਾਮੀ ਸਾਹਿਬ ਦਾ ਬਿਆਨ ਆ ਗਿਆ ਕਿ ਸਰਕਾਰ ਦਾ ਇਹਦੇ 'ਚ ਕੋਈ ਰੋਲ ਨਹੀਂ ਹੈ। ਇਹ ਠੀਕ ਹੈ, ਸਰਕਾਰ ਦਾ ਕੋਈ ਰੋਲ ਨਹੀਂ ਹੈ, ਲੇਕਿਨ ਨਾਲ ਹੀ ਹੁਣ ਆ ਜਾਂਦਾ ਜੀ ਅਸੀਂ ਟੈਂਡਰ ਕੱਢ ਰਹੇ ਹਾਂ। ਮੇਰਾ ਤਾਂ ਇਹੀ ਮੁੱਦਾ ਵੀ SGPC ਨੂੰ ਖੁਦ ਚਲਾਉਣਾ ਚਾਹੀਦਾ, ਟੈਂਡਰ ਕਿਸ ਗੱਲ ਦਾ ਕੱਢ ਰਹੇ? ਜਦਕਿ ਅੱਜ ਕਈ ਮੈਂਬਰਾਂ ਨੇ ਵੀ ਕਿਹਾ, ਬੀਬੀ ਜਗਰੂਰਕੌਰ ਦਾ ਵੀ ਬਿਆਨ ਲੱਗਿਆ ਹੋਇਆ। ਟੈਂਡਰ ਸਰ ਪਤਾ ਨਹੀਂ ਟੈਂਡਰ ਦੀ ਕੀ ਕੰਡੀਸ਼ਨਸ ਹੋਣਗੀਆਂ, ਕੀ ਹੋਏਗਾ, ਹਾਲੇ ਤਾਂ ਕੁਛ ਨਹੀਂ ਕਹਿ ਸਕਦਾ। ਟੈਂਡਰ ਦਾ ਮਤਲਬ ਬੜਾ ਹੋਰ ਹੈ। ਹਾਂ ਹੋਏਗਾ ਜੀ, ਉਹ ਟੈਂਡਰ ਦਾ ਵਪਾਰੀਕਰਨ ਹੀ ਹੁੰਦਾ, ਹੋਰ ਕੀ ਹੁੰਦਾ। ਬਸ ਹਾਂਜੀ, ਤੁਹਾਨੂੰ ਦੱਸ ਰਿਹਾ ਨਾ, 40 ਕਰੋੜ ਰੁਪਏ ਸਾਲ ਦਾ ਲੱਗਦਾ ਕਨੈਕਟੀਵਿਟੀ ਕਰਾਉਣ 'ਚ, ਤਾਂ ਫਰੀ ਆਫ ਕਾਸਟ ਹੋ ਜਾਂਦੀ ਹੈ। ਉਹਦੇ ਬਾਅਦ ਸਾਰੇ ਹਿੰਦੁਸਤਾਨ ਜੋ ਚੈਨਲ ਚੱਲਦਾ ਹੈ, ਬਾਹਰ ਪੂਰੇ ਵਰਲਡ ਚੱਲਦਾ ਹੈ, ਫਿਰ ਉਹ ਤੁਹਾਨੂੰ ਜਦੋਂ ਕਨੈਕਟੀਵਿਟੀ ਹੋ ਜਾਂਦੀ, ਤੁਹਾਡੇ 40 ਕਰੋੜ ਨਹੀਂ ਲੱਗੇ ਸਾਲ ਦੇ, ਤੁਸੀਂ ਜਿਹੜੀ ਟਿੱਪਾ ਟੁੱਪਾ ਚਲਾਉਂਦੇ ਹੋਰ ਉਹਦੇ 'ਚ ਪੈਸਾ ਬਣ ਜਾਂਦਾ, ਐਡਵਰਟਾਈਜ਼ਰ ਆ ਜਾਂਦਾ ਤੁਹਾਡੇ ਕੋਲ ਬਹੁਤ। ਤੁਸੀਂ ਇਹ ਦੇਖੋ ਨਾ, ਉਹ 40 ਕਰੋੜ ਤਾਂ ਲੱਗਾ ਨਹੀਂ, ਐਡਵਰਟਾਈਜ਼ਰ ਗੁਰਬਾਣੀ ਦੇ ਚੱਕਰ 'ਚ ਉਹਦੀ TRP ਬੜੀ ਹਾਈ ਹੁੰਦੀ ਹੈ। ਬਸ ਸਿੱਧਾ ਇਹਦਾ ਸਿੱਧਾ ਮਸਲਾ ਹੈ ਇਹਦਾ ਤਾਂ। ਹਾਂਜੀ, ਕੌਣ ਕੌਣ ਕਹਿੰਦਾ? ਹਾਂਜੀ, ਤੂੰ ਟੈਲੀਵਿਜ਼ਨ ਦੇਖੋ ਨਾ ਕਿੰਨੀ ਕੁ ਐਡ, ਉਹ ਸਾਰਾ ਦਿਨ ਐਡ ਹੀ ਚੱਲਦੀ ਉੱਥੇ, ਔਰ ਨਾਲ ਉਹ ਜਿਹੜੀ ਉਹ ਭੰਗੜੇ ਦੀ ਟਿੱਪਾਂ ਚੱਲਦੀ ਉਹ ਵੀ ਐਡਵਰਟਾਈਜ਼ਮੈਂਟ ਹੈ। ਜਿਹੜੇ ਉਹਨਾਂ ਦੇ ਪ੍ਰੋਮੋ ਚੱਲਦੇ ਆ ਨਾ, ਉਹ ਵੀ ਸਿੰਗਰ ਆਪਣੇ ਪੈਸੇ ਦੇ ਕੇ ਚਲਾਉਂਦੇ ਆ, ਕਿਉਂਕਿ ਉਹਨਾਂ ਦੀ ਕਨੈਕਟੀਵਿਟੀ ਬਹੁਤ ਹੈ ਨਾ। ਔਰ ਬਾਕੀ ਸਾਰੇ ਐਡਵਰਟਾਈਜ਼ਮੈਂਟ ਚੱਲਦੀ, ਚਾਹੇ ਹਿੰਦੁਸਤਾਨ ਗੁਰਬਾਣੀ ਤੋਂ ਇਲਾਵਾ ਹੋਰ ਕੋਈ ਡਾਕੂਮੈਂਟਰੀਆਂ ਨਹੀਂ ਸ਼ੋਰੀ ਚੱਲ ਆ ਰਹੀਆਂ, ਉੱਥੇ ਲੱਗਦਾ ਕਿ ਇਹ ਕੋਈ ਨਾ ਕਿਤੇ ਸੰਗਤ ਦਾ ਵੀ ਮੰਦ ਭਾਗਾ ਹੋ ਰਿਹਾ, ਪੂਰੀ ਜਾਣਕਾਰੀ ਨਹੀਂ ਮਿਲਦੀ। ਪਤਾ ਨਹੀਂ ਕੀ ਹੈ ਕੀ ਨਹੀਂ, ਹੁਣ ਕਹਿ ਰਹੇ ਉਹ ਹੋ ਰਿਹਾ ਉਹ ਹੋ ਰਿਹਾ, ਦੱਸੋ ਕੀ ਕਹਿ ਸਕਦੇ ਤੁਸੀਂ? ਪਰ ਇਹੀ ਮੰਨਦਾ SGPC ਚਲਾਵੇ, ਸਾਰਾ ਕੁਛ ਠੀਕ ਹੋ ਜਾਏ। SGPC ਮੇਰੀ ਐਕਸਪੀਰੀਅੰਸ ਲੈਣਾ ਚਾਹੁੰਦੀ ਹੈ, ਮੈਂ 10-15-20 ਦਿਨ ਅੰਮ੍ਰਿਤਸਰ ਬੈਠ ਕੇ ਦੇ ਦੇਵਾਂਗਾ, ਜਿਹੜਾ ਕਿ ਉਹਨਾਂ ਦਾ ਪੈਸਾ ਘੱਟ ਖਰਚ ਹੋਵੇ। ਬਈ ਇਹ ਸਾਰਾ ਕੁਛ ਹੀ ਖਤਮ ਹੋ ਜਾਏਗਾ ਨਾ, ਨਾ ਪੰਜਾਬ ਦੇ CM ਕੁਛ ਕਹਿਣਗੇ, ਨਾ ਕੋਈ ਕਿਤੇ ਕੋਈ ਉਹ ਕਹੇਗਾ, ਨਾ ਮੈਂ ਕਹਾਂਗਾ, ਕੋਈ ਕੁਛ ਨਹੀਂ ਕਹੇਗਾ। ਫਿਰ ਉਹ ਚੱਲ ਜਾਏਗਾ ਨਾ ਫਸਟ ਕਲਾਸ। ਫਿਰ ਅੱਜ ਦਾ ਸਰਦਾਰ ਸਾਹਿਬ ਕਹਿ ਰਹੇ ਕਿ ਮੈਂ ਸਿੱਖੀਜ਼ਮ ਦੀ ਹਿਸਟਰੀ ਦਾ ਟਿੱਪਾ ਦੇਣ ਨੂੰ ਤਿਆਰ ਹੈ, ਇੱਦਾਂ ਬੜੀ ਦੁਨੀਆ। ਹਾਂ ਮੈਂ ਵੀ ਤਿਆਰ,
ਕਿੱਦਾਂ ਤੁਸੀਂ ਇਹ ਕਰੋਗੇ? ਨਹੀਂ ਮੈਂ ਤਾਂ ਇਹੀ ਕਿਹਾ ਜਾਵੇ ਕਿ ਤੁਸੀਂ ਬਣਾਓ। ਹਾਂ ਹਾਂ ਮੈਂ ਕਰ ਦੇਵਾਂਗਾ। ਕਿੱਦਾਂ ਕਰੋ? ਮੈਂ ਜਾ ਕੇ ਉੱਥੇ ਸਾਰਾ ਸਿਸਟਮ ਲਗਾ ਦੇਵਾਂਗਾ, ਔਰ ਜਦੋਂ ਮੈਂ ਕਹਾਂਗਾ ਵੀ ਇਹ ਗੁਰਬਾਣੀ ਦਾ ਰਾਈਟ ਮੇਰੇ ਕੋਲ ਹੈ, ਔਰ ਇਹ ਸਾਰੇ ਚੈਨਲ ਵਾਲੇ ਦਿਖਾਉਣਗੇ। ਪਤਾ ਨਹੀਂ ਸਰ, ਹੁਣ ਉਹਨਾਂ ਨੂੰ ਬੜਾ ਸਿੱਖੀ ਦਿੰਦੇ। ਪਹਿਲਾਂ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੀ ਸਰਸਾ ਸਾਹਿਬ, ਉਹ ਬੜੀਆਂ ਟੇਪਾਂ ਦਿਖਾਉਂਦੇ ਸੀ, ਬੜਾ ਮਜ਼ਾ ਆਉਂਦਾ ਸੀ ਸਿੱਖੀ ਦੇ ਮਿਸਟਰ ਦੇਖ ਕੇ। ਉਹਦੇ ਤੋਂ ਦਿਖਾਉਂਦੇ ਸੀਗੇ ਇਹਦੇ ਯੂਟਿਊਬ ਚੈਨਲ 'ਤੇ, ਬੜਾ ਅੱਛਾ ਲੱਗਦਾ। ਹਾਂਜੀ ਉਹਨੂੰ ਦਿਖਾਉਣੇ ਚਾਹੀਦੇ, ਉਹ ਵੀ ਹੋ ਸਕਦਾ, ਉਹ ਵੀ ਪਰਮਿਸ਼ਨ ਤਾਂ ਮਿਲ ਹੀ ਸਕਦੀ ਹੈ ਨਾ। ਉਹੀ ਨਾ, ਉਹੀ ਹੈ ਗੱਲ, ਬਿਲਕੁਲ ਟੋਟਲ ਕੁਛ ਨਹੀਂ, ਕੋਈ ਕੁਛ ਨਹੀਂ, ਸਭ ਕੁਝ ਫ੍ਰੀ। ਬਿਊਰੋ ਰਿਪੋਰਟ, ਜਗਬਾਣੀ ਟੀਵੀ।